ਲਓ ਬਈ ਆਖਰੀ ਪਾਰਟ ਗੋਰਿਆਂ ਨੂੰ ਦਫਾ ਕਰੋ ਦਾ ਆਪਾਂ ਵੇਖਣ ਜਾ ਰਹੇ ਹਾਂ ਲੋਕ ਧੁਨ ਦੀ ਵੀਡੀਓ ਤੇ ਬਹੁਤ ਹੀ ਸੋਹਣੀ ਵੀਡੀਓ ਤੇ ਮਜ਼ਾ ਆ ਗਿਆ ਤੇ ਹੁਣ ਵੇਖਣੇ ਜੀ ਆਖਰੀ ਪਾਰਟ 'ਚ ਕੀ ਹੁੰਦਾ ਤੇ ਤਕਰੀਬਨ ਸਾਰਾ ਕੋਈ ਪਿਛਲੇ ਪਾਰਟ 'ਚ ਸੈੱਟ ਹੋ ਗਿਆ ਸੀ ਕੰਮ ਸ਼ਾਦੀ ਹੋਣੀ ਅੱਗੇ ਵੇਖਣੇ ਹੁਣ ਆਪਾਂ ਪਹਿਲੀ ਗੱਲ ਤਾਂ ਇਹ ਕਿ ਮੈਨੂੰ ਹੀ ਵਿਆਹ ਹੀ ਮਨਜ਼ੂਰ ਨਹੀਂ ਗਾ ਪਰ ਜੇ ਤੇਰਾ ਦਿਮਾਗ ਖਰਾਬ ਹੋ ਹੀ ਗਿਆ ਤਾਂ ਇੱਕ ਗੱਲ ਸੋਚ ਲਾ ਤੈਨੂੰ ਵਿਆਹ ਤੋਂ ਬਾਅਦ ਇੱਥੇ ਰਹਿਣਾ ਪੈਣਾ ਹੈ ਪਰ ਮਮ ਕੀ ਮਮ ਦੋਨਾਂ ਚੋਂ ਇੱਕ ਇੱਥੇ ਰਹਿ ਸਕਦਾ ਹੈ ਨਾ ਤੇ ਇਹ ਇੱਥੇ ਰਹਿ ਲਵੇ ਰੂਪ ਚੱਲ ਜਾਵੇ ਪੰਜਾਬ ਪਰ ਉਹ ਤਾਂ ਗੱਲ ਹੋ ਗਈ ਹੈ ਨਾ ਜੀ ਰੂਪ ਤਾਂ ਇੱਥੇ ਰਹੂਗਾ ਹੁਣ ਕਿਉਂ ਤੂੰ ਇੱਥੇ ਕਿਉਂ ਨਹੀਂ ਰਹਿ ਸਕਦਾ ਤੁਸੀਂ ਦੋਵੇਂ ਇੱਥੇ ਰਹਿ ਲਓ ਪਰ ਬਾਪੂ ਜੀ ਆ ਨਾ ਜੀ ਮੇਰੇ ਪਿੱਛੇ ਉਹ ਫਿਰ ਦੇਖਿਆ ਕਦੇ ਬਾਪੂ ਦਾ ਤੇ ਕਦੇ ਭਰਾ ਦਾ ਇਹਨੇ ਤੇਰਾ ਕਿੱਥੋਂ ਬਣਨਾ ਨਾਲੇ ਇੱਕ ਗੱਲ ਦੱਸ ਤੂੰ ਜ਼ਿੰਦਗੀ ਮੇਰੀ ਕੁੜੀ ਨਾਲ ਕੱਟਣੀ ਆ ਕਿ ਆਪਣੇ ਬਾਪੂ ਨਾਲ ਦੋਨਾਂ ਚੋਂ ਇੱਕ ਨੂੰ ਛੱਡਣਾ ਪੈਣਾ ਹੈ ਜਾਂ ਮੇਰੀ ਕੁੜੀ ਜਾਂ ਆਪਣਾ ਬਾਪੂ ਕਾਲੀ ਹਰ ਕਿਸੇ ਲਈ ਚੰਨ ਸਮਾਨ ਤੇ ਨਹੀਂ ਸੁੱਟਿਆ ਜਾਂਦਾ ਲਿਸ਼ਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ
ਉਹ ਬਈ ਬਲਦੇਵ ਸਿੰਘ ਖੜਾ ਕੀ ਸੋਚੀ ਜਾਣਾ ਸ਼ਗਨ ਪਾਓ ਹੁਣ ਤਾਂ ਮੁੰਡਾ ਕੈਨੇਡਾ ਵੀ ਹੋਇਆ ਆ ਆਹੀ ਚਾਹੀਦਾ ਸੀ ਨਾ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਤਾਂ ਬਸ ਇਹੋ ਚਾਹੀਦਾ ਸੀ ਹਾਂ ਵੀ ਪੁੱਤ ਕਾਟੋ ਹੁਣ ਤੇਰੀ ਪੂਰੀ ਸਹਿਮਤੀ ਹੈ ਨਾ ਕਿਤੇ ਪਹਿਲਾਂ ਵਾਂਗੂ ਕਾਟੋ ਕਾਤੋਂ ਨਾ ਕਰਾ ਦੀ ਹਾਂਜੀ ਬਾਪੂ ਜੀ ਸਹਿਮਤੀ ਆ ਦੇਖਿਆ ਦੋਨਾਂ ਦੀ ਸਹਿਮਤੀ ਹੈ ਤੇ ਦੋਨੋਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਆ ਚਲੋ ਭਾਈ ਫਿਰ ਸ਼ਗਨ ਪਾਓ ਕਾਲੇ ਕਾਲੇ ਖੜ ਤੈਨੂੰ ਕਾਲੇ ਹੈ ਕੀ ਕਹਿੰਦਾ ਚੱਲ ਉੱਠ ਕੀ ਹੋ ਗਿਆ ਕੋਈ ਨਹੀਂ ਬਾਪੂ ਜੀ ਮੈਂ ਕਿੱਥੇ ਚੱਲਿਆ ਬਸ ਮੈਂ ਜੀ ਉਹ ਛੇਤੀ ਆਈ ਕੀ ਗੱਲ ਪਤਾਸੇ ਠੰਡੇ ਹੁੰਦੇ ਆ ਹੈਲੋ ਤੂੰ ਇੱਥੇ ਐਕਚੁਲੀ ਜਦ ਤੁਸੀਂ ਇੱਥੇ ਆਉਣ ਲੱਗੇ ਸੀ ਤਾਂ ਛੋਟੇ ਹੁੰਦੇ ਹੁੰਦਾ ਤਾਂ ਪਤਾ ਨਹੀਂ ਵੱਡਾ ਹੋ ਕੇ ਕੰਮ ਆ ਗਿਆ ਸ਼ਕਤੀਮਾਨ ਉਹ ਕਾਲੇ ਆ ਜਾ ਹੁਣ ਆਇਆ ਜੀ ਕੀ ਹੋ ਰਿਹਾ ਬਸ ਮੇਰੀ ਮੰਗਣੀ ਜਿਹੀ ਲੱਗੀ ਸੀ ਬੇਟਾ ਜੀ ਆਇਆ ਜੀ ਕਰਵਾ ਲੈ ਆਈਲ ਜਸਟ ਗੈਟ ਬੈਕ ਟੂ ਕੈਨੇਡਾ ਇੱਕ ਮਿੰਟ ਮੈਂ ਕਰਦਾ ਕੁਛ ਮਾਨ ਸਾਹਿਬ ਹੈ ਸਾਹਿਬ ਕੀ ਕੰਮ ਹੈ ਉਹ ਅੰਦਰ ਯਾਰ ਜ਼ਰਾ ਬਾਈ ਉਹ ਨਹੀਂ ਹੋਏ ਬਾਈ ਨਹੀਂ ਯਾਰ ਮੇਰਾ ਉਹ ਤੂੰ ਚੱਲ ਪਰਾ ਉਹ ਦੇਖ ਲਾ ਯਾਰ ਮਨ ਯਾਰ ਇੱਕ ਵਾਰੀ ਕਹਤਾ ਨਹੀਂ ਤਾਂ ਮਤਲਬ ਨਹੀਂ ਬਸ ਹਾਂ ਕਾਟੋ ਕਾ ਤੋਂ ਮੈਂ ਤਾਂ ਤੈਨੂੰ ਪਿਆਰ ਕਰਦਾ ਸੀ ਬਾਲਾ ਸਮੋਸੇ ਖਵਾਉਣ ਵੇਲੇ ਮੈਂ ਤੇ ਪਤਾਸੇ ਵੇਲੇ ਕਾਲਾ ਕਾਟੋ ਕਾ ਤੋਂ ਕਾਟੋ ਕਾ ਤੋਂ ਰਾ ਖੇਤ ਮੇਰੇ ਦੇ ਨਿੱਤ ਔਂਸੀਆਂ ਪਾਉਂਦੇ ਨੇ ਜਿਹੜੇ ਪੋਤੇ ਮਾੜੇ ਲੱਗਦੇ ਉਹੀ ਕੰਮ ਆਉਂਦੇ ਨੇ ਬਾਪੂ ਗੱਲ ਨਹੀਂ ਬਣੀ ਆ ਅੱਛਾ ਇੰਨੀ ਦੂਰ ਗਏ ਵੀ ਪੋਤਾ ਵੀ ਛੱਡ ਆਇਆ ਡਾਂਗ ਵੀ ਨਹੀਂ ਮਾਰੀ ਜਾ ਯਾਰ ਬਾਪੂ ਲੱਸੀ ਕਰਾਤੀ ਯਾਰ ਸਾਰੀ ਜੇ ਘਰੇ ਜਾਂਦੇ ਨੂੰ ਭਿੰਡੀਆਂ ਠੰਡੀਆਂ ਮਿਲੀਆਂ ਨਾ ਪਲੇਟ ਵਾ ਕੇ ਕੈਨੇਡਾ ਮਾਰਾਂਗਾ ਬੋਲੀ ਤੁਰੀ ਜਾਂਦਾ ਚੱਪਾ ਉਹ ਨਾ ਬਾਪੂ ਯਾਰ ਹੌਲੇ ਨਵੀਂ ਨਵੀਂ ਆਈ ਉਹ ਦਿਲ ਤਾਂ ਲੱਗ ਲੈਣ ਦੋ ਜੀ ਉਹ ਨਾਲੇ ਮੈਂ ਕਹਿੰਦਾ ਸੀਗਾ ਕੈਨੇਡਾ ਸੋਹਣਾ ਸੀ ਨਾ ਮੈਂ ਕਹਿੰਦਾ ਸੀ ਆਪਾਂ ਸਾਰੇ ਜਾਣੇ ਕੈਨੇਡਾ ਨਾ ਰਹੀਏ ਜਾ ਕੇ ਓਏ ਆਂਦੇ ਰਨ ਦੇ ਪਿੱਛੇ ਲੱਗ ਗਿਆ ਬਾਲਾ ਬੋਲਿਆ ਤਾਂ ਮੰਜੀਆਂ ਅੱਡ ਕਰ ਦੇਗਾ ਤੁਹਾਡੀਆਂ ਉਹ ਜਾਣਾ ਤੂੰ ਕੈਨੇਡਾ ਖੜ ਤੈਨੂੰ ਮੈਂ ਕੈਨੇਡਾ ਭੇਜਾਂ ਵੱਡੇ ਸੂਰਮੇ ਨੂੰ ਓ ਨਹੀਂ ਨਹੀਂ ਤੈਨੂੰ ਦੱਸਾਂ ਵੱਡੇ ਕੈਨੇਡੇ ਵਾਲੇ ਬੱਬੂ ਡਾਂਗ ਮਾਰੀ ਅੱਡ ਹੋ ਜਾਣਾ ਮੈਂ ਹਾਈ ਫਿਰ ਪਿੰਡੀਆਂ ਕੱਲਾ ਹੀ ਵੱਡੀ ਧਾਕਰ ਨੂੰ ਬਾਹਰ ਜਿਹੜੀ ਤੈਨੂੰ ਹਾਂਜੀ ਅੱਛੀ ਮੂਵੀ ਬਹੁਤ ਅੱਛੀ
ਬਾਪੂ ਦਾ ਕਿਰਦਾਰ ਬੜਾ ਅੱਛਾ ਸੀ। ਬਾਪੂ ਅੱਛਾ ਸੀ, ਬਾਪੂ ਜਿਹੜਾ ਸੀ ਬਦਲਾ ਭੁੱਲ ਗਿਆ ਬਈ। ਕਾਟੋ ਕਾ ਤੂੰ ਸਮੋਸੇ ਖਵਾਉਂਦਾ ਰਿਹਾ ਮੈਂ ਤੇ ਲਾ ਨਹੀਂ ਕੀ ਕਹਿੰਦਾ ਸੀ ਕਾਟੋ ਕਾ ਯਾਰ ਇਹ ਕਾਲਾ ਨਹੀਂ ਕਾਤੋ ਮਤਲਬ ਕਾਦੇ ਤੋਂ ਸਮੋਸੇ ਮੈਂ ਖਵਾਉਂਦਾ ਰਿਹਾ ਪਤਾਸੇ ਪਤਾ ਨਹੀਂ ਲੈ ਗਿਆ ਕਾਲਾ ਨਾ ਕਾ ਪਤਾਸੇ ਠੰਡੇ ਹੋਣ ਲੱਗ ਗਏ ਨਾ ਕਾਟੋ ਕਾਤੋ ਚਾਹੀ ਕਾਟੋ ਦੀ ਸੁਣੀ ਨਹੀਂ ਗਈ ਉਹ ਚਾਹੀ ਸੁਣੀ ਨਹੀਂ ਗਈ ਜੀ ਪਹਿਲੇ ਵੱਡੇ ਭਰਾ ਨਾ ਹੋਣ ਲੱਗਾ ਦੋ ਤੋਂ ਛੋਟੇ ਰਹੇ ਕਾਟੋ ਦੇ ਉੱਤੇ ਹੀ ਰਹਿ ਗਈ ਮਾਨ ਸਾਹਿਬ ਆ ਗਏ ਮਾਣ ਦੇ ਨਾਲ ਜਦੋਂ ਸਾਹਿਬ ਲਾਉਂਦੇ ਹਾਂ ਹਾਂਜੀ ਕੰਮ ਦੱਸੋ ਕੀ ਹੈ ਉਹ ਜਦੋਂ ਸਾਹਿਬ ਆਖਣਾ ਨਹੀਂ ਗਾ ਜਦੋਂ ਸਾਹਿਬ ਲੱਗਣਾ ਹੋ ਗਈ ਕੰਮ ਹੀ ਹੋਣਾ ਨਾ ਬਾਈ ਸਾਹਿਬ ਦੱਸੋ ਕਿਵੇਂ ਲੱਗੀ ਅਸੀਂ ਤੇ ਮੈਂ ਤੇ ਅੱਗੇ ਵੀ ਵੇਖੀ ਸੀ ਤੁਸੀਂ ਦੱਸੋ ਤੇਰੇ ਕੋਲ ਇੰਨਾ ਸਮਾਨ ਜੋ ਸਾਂਭਿਆ ਨੀ ਉਹਨੇ ਵੀ ਦੇਖੋ ਆ ਗਿਆ ਸੀ ਅੱਛਾ ਵਧੀਆ ਬਦਲਾ ਸਿਰਫ ਡਾਂਗਾ ਸੋਟਿਆ ਨਾਲ ਥੋੜਾ ਲਿਆ ਜਾਂਦਾ ਅੱਛਾ ਉਹਦਾ ਰੋਲ ਹੀ ਉਹ ਰੱਖਿਆ ਇਹਨਾਂ ਨੇ ਸ਼ੁਰੂ ਤੋਂ ਕਰਮਜੀਤ ਨੂੰ ਮੋੜ ਲਾ ਉਹ ਸਾਰਿਆਂ ਦੇ ਸਾਹਮਣੇ ਬਦਲਾ ਲੈਣ ਲੱਗ ਪਿਆ ਚਲੋ ਬਾਕੀ ਜਿਹੜਾ ਆਪਾਂ ਨੈਕਸਟ ਕੋਈ ਮੂਵੀ ਜਿਹੜੀ ਵੇਖੀ ਹੋਵੇ ਤੁਸੀਂ ਨਾ ਵੇਖੀ ਹੋਵੇ ਅਰਦਾਸ ਵੇਖੀ ਵੀ ਨਹੀਂ ਵੇਖੀ ਅਰਦਾਸ ਨਹੀਂ ਵੇਖੀ ਅਰਦਾਸ ਵੇਖਣੀ ਅਰਦਾਸ ਤੇ ਸੰਜੀਦਾ ਜੀ ਅਸ਼ਕੇ ਵੀ ਨਹੀਂ ਵੇਖੀ ਅਸ਼ਕੇ ਦਾ ਵੀ ਬੜਾ ਕਿਆ ਅਰਦਾਸ ਅਸ਼ਕੇ ਕਾਮੇਡੀ ਹੈ ਗੁੱਡੀਆਂ ਪਟੋਲੇ ਜਿਹਦੇ ਵਿਚ ਕੁੜੀਆਂ ਆ ਕੇ ਰਹਿੰਦੀਆਂ ਨੇ ਨਾਨੀ ਕੋਲ ਉੱਥੇ ਵਾਪਸ ਆਉਂਦੀਆਂ ਨੇ ਫੁੱਲ ਬੂਟੀਆਂ ਵਾਲੇ ਸੂਟ ਮੈਂ ਨਾ ਵੇਖੀ ਆਪਾਂ ਨਹੀਂ ਵੇਖੀ ਸੁਰਖੀ ਬਿੰਦੀ ਵੀ ਨਹੀਂ ਵੇਖੀ ਨਾਮ ਲੈਂਦੇ ਹੁੰਦੇ ਤੁਸੀਂ ਫਿਰ ਇੱਕ ਉਹ ਜਿਹੜੀ ਸੀ ਕਿਹੜੀ ਸੀ ਇੱਕ ਕਾਫੀ ਨਹੀਂ ਵੇਖੀਆਂ ਕੁਛ ਤੇ ਵੇਖੀਆਂ ਆਪਾਂ ਬਾਜਵਾ ਸਾਹਿਬ ਹੁਣ ਕੱਢਣ ਲੱਗੇ ਨੇ ਚੈੱਕ ਕਰਨ ਲੱਗੇ ਨੇ ਗੁਰਨਾਮ ਭੁੱਲੜ ਦੀ ਕਿਹੜੀ ਫਿਲਮ ਹੈ ਆ ਵੇਖੋ ਕਿੰਨੀ ਆ ਸੁਫਲ ਲੇਖ ਹੈ ਲੇਖ ਮੂਵੀ ਚਲੋ ਆਪਾਂ ਪਹਿਲੇ ਅਰਦਾਸ ਵੇਖ ਲਈਏ ਕੀ ਖਿਆਲ ਹੈ ਜਾਂ ਪੂਲ ਕਰਾ ਲਈਏ ਪੂਲ ਕਰਾ ਲੋ ਪੂਲ ਦੇ ਵਿੱਚ ਜਿਹੜੀਆਂ ਜਿਹਨੂੰ ਵੋਟ ਆਉਣਗੇ ਉਹ ਵੇਖ ਲਵਾਂਗੇ ਪੂਲ ਕਰਾ ਲਵਾਂਗੇ ਚਲੋ ਜੀ ਪੂਲ 'ਚ ਚਾਰ ਪੰਜ ਫਿਲਮਾਂ ਪਾਉਂਦੇ ਹਾਂ ਅਤੇ ਤੁਸੀਂ ਵੋਟ ਕਰੋ ਅਤੇ ਉਹਨਾਂ ਦੇ ਵਿੱਚੋਂ ਫਿਰ ਜਿਹੜੀ ਆਏਗੀ ਸਭ ਤੋਂ ਜ਼ਿਆਦਾ ਵੋਟ ਜਿਹਨੂੰ ਆਉਣਗੇ ਉਹ ਆਪਾਂ ਵੇਖਦੇ ਹਾਂ ਉਹ ਸ਼ੁਰੂ ਕਰਨੇ ਹਾਂ ਚਲੋ ਜੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ